ਬਾਣੀ ਇੰਨੀ ਪਵਿੱਤਰ ਹੈ ਜਿਹੜੀ ਜ਼ਬਾਨ ਨੂੰ ਵੀ ਸੁੱਚੀ ਕਰ ਦਿੰਦੀ ਹੈ। ਬਾਕੀ ਦਾ ਕੰਮ ਹੈ ਜਿਹਨੂੰ ਲੱਗਦਾ ਜੂਠਾ ਕਰ ਦਿੰਦੀ ਹੈ। ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ। ਬਾਣੀ ਪੜ੍ਹ ਕੇ ਸੁੱਚੀ ਹੋ ਜਾਂਦੀ। ਕਬੀਰ ਸੋ ਮੁਖ ਧਨ ਹੈ ਜੇ ਮੁਖ ਕਹੀਏ ਰਾਮ। ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਿਹਦੀ ਵਿਚਾਰੀ ਹੈ ਦੇਹੀ, ਉਹ ਤਾਂ ਸਾਰਾ ਨਗਰ ਪਵਿੱਤਰ ਹੋ ਜਾਂਦਾ ਜਦੋਂ ਨਾਮ ਜਪਿਆ ਜਾਂਦਾ ਜ਼ਬਾਨ ਦੇ ਨਾਲ। ਜਿੱਥੋਂ ਤੱਕ ਸੰਗਤ ਬੈਠੀ ਹੈ ਸਾਰੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ। ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਦੇਖਣ ਵਾਲਾ ਜੇ ਆਪੂ ਕਰ ਪਾਤੀਏ। Thank you.
ਕਾਲ ਪੁਰਖ ਸਾਡੀ ਬੁੱਧ ਦੀ ਗਮਤਾ ਵਿੱਚ ਨਹੀਂ ਆਉਂਦਾ ਉਹ ਅਗੰਮ ਹੈ ਗਿਣਿਆ ਨਹੀਂ ਜਾਂਦਾ ਮਿਣਿਆ ਨਹੀਂ ਜਾਂਦਾ ਨਾ ਨਾਪਿਆ ਜਾਂਦਾ ਨਾ ਤੋਲਿਆ ਜਾਂਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਨਿਰਵੈਰ ਹੈ ਤੇ ਸਾਰਿਆਂ ਦੇ ਵਿੱਚ ਸਭ ਦੇ ਨਿਰਲੇਪ ਹੈ ਸਭ ਕੇ ਮੱਧ ਸਭੂ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਿਰਾਲਾ ਵੀ ਹੈ ਉਹ ਨਿਰਵੈਰ ਇਸ ਤਰ੍ਹਾਂ ਜਿਵੇਂ ਧਰਤੀ 'ਚ ਜਿਹੜਾ ਕੋਈ ਬੀਜ ਪਾ ਦੇਵੇ ਜੇ ਜਿਨ੍ਹਾਂ ਨੇ ਕਣਕ ਬੀਜੀ ਉੱਥੇ ਕਣਕ ਉੱਗ ਗਈ ਧਰਤੀ ਵੀ ਫਰਕ ਨਹੀਂ ਰੱਖਦੀ ਕਿਸੇ ਨੂੰ ਜਿਹੜੇ ਸਰੋਂ ਬੀਜ ਕੇ ਆਈ ਉੱਥੇ ਸਰੋਂ ਉੱਗ ਗਈ ਕਦੀ ਸੁਣਿਆ ਤੁਸੀਂ ਵੀ ਕਿਸੇ ਨੇ ਕਣਕ ਬੀਜੀ ਸੀ ਉੱਥੇ ਛੋਲੇ ਹੋ ਗਏ ਕਦੀ ਨਹੀਂ ਹੋਇਆ ਇਸ ਤਰ੍ਹਾਂ ਜੋ ਬੀਜਾਂਗੇ ਉਹੀ ਉੱਗੇਗਾ ਉੱਥੇ ਦੂਜਾ ਪ੍ਰਮਾਣ ਦਿੰਦੇ ਨੇ ਸ਼ੀਸ਼ੇ ਦਾ ਸ਼ੀਸ਼ਾ ਕਿਸੇ ਨਾਲ ਫਰਕ ਨਹੀਂ ਰੱਖਦਾ ਨਾ ਗਰੀਬ ਨਾਲ ਨਾ ਅਮੀਰ ਨਾਲ ਜੇ ਰਾਜਾ ਵੀ ਸ਼ੀਸ਼ੇ ਵਿੱਚ ਮੂੰਹ ਦੇਖੇਗਾ ਉਹ ਅਜੇ ਦਿਖਾਏਗਾ ਗਰੀਬ ਦੇਖੇਗਾ ਉਹਨੂੰ ਵੀ ਉਸ ਤਰ੍ਹਾਂ ਹੀ ਦਿਖਾ ਦੇਗਾ ਇਸੇ ਤਰ੍ਹਾਂ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਗੁਰਮੁਖ ਬਣ ਕੇ ਚੱਲਣਗੇ ਉਹ ਤਾਂ ਸੁਰਖਰੂ ਹੋ ਕੇ ਜਾਣਗੇ ਇੱਥੋਂ ਜਿਹੜੇ ਇੱਥੇ ਮਨਮਾਨੀਆਂ ਕਰਨਗੇ ਦੇਖੀ ਜਾਏਗੀ ਖਾਓ ਪੀਓ ਮੌਜਾਂ ਕਰੋ ਫਿਰ ਸੇਵਕ ਦਰਗਹਿ ਸੁਰਖਰੂ ਬੇਮੁਖ ਮੂੰਹ ਕਾਲਾ ਉਹ ਪਰਮਾਤਮਾ ਦਾ ਵੈਰ ਨਹੀਂ ਕਿਸੇ ਨਾਲ ਪਰਮਾਤਮਾ ਨੇ ਆਪਾਂ ਨੂੰ ਬੁੱਧ ਰੂਪੀ ਦੀਵਾ ਦਿੱਤਾ ਸਾਰਿਆਂ ਨੂੰ ਜਗ ਦਾ ਦੀਵਾ ਹੱਥ ਵਿੱਚ ਫੜਿਆ ਦਿਸ ਰਿਹਾ ਅੱਗੇ ਟੱਠਾ ਖੂਹ ਹੈ ਉਹਦੇ ਜਾ ਕੇ ਡਿੱਗ ਜਾਏ ਕੋਈ